ਮੁਕਤਸਰ ਮੈਂ ਇੱਕ ਵਾਰੀ ਗਿਆ ਸਾਂ ਉਹਦਾ ਕੱਪੜੇ ਕੁਪੜੇ ਦੀਪੂ ਦੇ ਮਿਲਦੇ ਸੀ ਮੁਕਤਸਰ ਦੇ ਮੇਲਾ ਵੀ ਬੜਾ ਮਸ਼ਹੂਰ ਸੀ ਬੜਾ ਮੇਲਾ ਸੀ ਮੁਕਤਸਰ ਦਾ ਨਾ ਔਰ ਲਾਂਗਾ ਜੱਟੀ ਜਿਹੜੀ ਸੀ ਨਾ ਐਡੀ ਚੌੜੀ ਸੀ ਅੱਛਾ ਘੋੜੀ ਦੇ ਉੱਤੇ ਬੈਠੀ ਹੋਈ ਅੱਛਾ ਜੀ ਤੇ ਜਿਹੜੇ ਸਾਡੇ ਪਿੰਡ ਦੇ ਨਜ਼ਦੀਕ ਆਈ ਨਾ ਹਾਂ ਉਹਨਾਂ ਉਜਾੜਾ ਕਰਕੇ ਨਿਕਲੇ ਤੇ ਉਹ ਮਨਸੇ ਮਗਰ ਲੱਗ ਗਿਆ ਅੱਛਾ ਜੀ ਸਾਡੇ ਪਿੰਡ ਆ ਗਈ ਤੇ ਅਸੀਂ ਉੱਥੇ ਖੇਡਦੇ ਪਏ ਸਾਂ ਨਿੱਕੇ ਨਿੱਕੇ ਹੁੰਦੇ ਸਾਂ ਅੱਛਾ ਉਹ ਜੱਟੀ ਨੇ ਲੜਕੜਾ ਮਾਰਿਆ ਅੱਛਾ ਕਿਹਾ ਤੇਰੀ ਮਾਂ ਤੂੰ ਸਾਰਾ ਘਿਓ ਖਾ ਗਿਆ ਮਨ ਪੱਕਾ ਤੇ ਨਿਕਲਿਆ ਜਾਂਦਾ ਜੀ ਉਹ ਮੰਡੀ ਲੱਗਦੀ ਸੀ ਨਾ ਅੱਛਾ ਤੇ ਮੰਡੀ 'ਚ ਫਿਰ ਅਸੀਂ ਨਿਆਣੇ ਸ਼ੌਕ ਨਾਲ ਜਾਂਦੇ ਸਾਂ ਠੀਕ ਹੈ ਤੇ ਮੰਡੀ 'ਚ ਜਵਾਂ ਦਾ ਵੀ ਉਹ ਸੀ ਫਿਰ ਘੋੜਿਆਂ ਦੀ ਦੌੜ ਕਰਾਉਂਦੇ ਸੀ ਠੀਕ ਹੈ ਘੋੜਿਆਂ ਦੀ ਨਵਾਬ ਦੌੜ ਕਰਾਉਂਦਾ ਸੀ ਅੱਛਾ ਜੀ ਤੇ ਜਿਹੜਾ ਵੱਧ ਜਾਣਾ ਉਹਨੂੰ ਇਨਾਮ ਜ਼ਿਆਦਾ ਦੇਣਾ ਜਿਹਨੇ ਘੱਟ ਜਾਣਾ ਇਨਾਮ ਉਹਨੂੰ ਵੀ ਦੇਣਾ ਰਾਤ ਨੂੰ ਮੈਂ ਤੁਰਨਾ ਰੇਲ ਖੋਲ੍ਹ ਕੇ ਜਿਹਨੇ ਮੈਂ ਕਮਾਂਡਾਂ ਦੇ ਵਿੱਚ ਬਹਿ ਦੇਣਾ ਠੀਕ ਹੈ ਤੇ ਮੈਂ ਆ ਤੁਹਾਡੇ ਕੋਲ ਆ ਕੇ ਪਹੁੰਚਿਆ ਅਜੇ ਮੀਲ ਪੰਜ ਹੀ ਕੀਤਾ 2 ਮੀਲ ਕਰ ਲਿਆ ਹੋਵੇਗਾ ਚੱਕ ਆਪਦੇ ਤੋਂ ਤੇ ਅੱਗੇ ਫੌਜ ਆ ਗਈ ਅੱਛਾ ਵੀ ਲੋਕ ਸਾਰੇ ਡਰ ਗਏ ਨਵੇਂ ਇਹਨਾਂ ਹੁਣ ਮਾਰ ਦੇਣਾ ਮੈਨੂੰ ਇੱਥੇ ਬੈਠੇ ਦਿਖੀ ਜਾਂਦੇ ਆ ਸਾਰੇ ਨਹਿਰ ਵੀ ਦੇਖਦੀ ਜਿੱਥੇ ਮੱਝਾਂ ਚਰਾਉਂਦੇ ਸਨ ਮੇਲਦਾਰਾਂ ਦੇ ਲੋਕ ਅੱਗੇ ਬੂਟਿਆਂ 'ਚ ਵਾਲੀ ਦਾ ਲਓ ਜੀ ਅਸੀਂ ਇਸ ਵੇਲੇ ਬੈਠੇ ਹਾਂ ਚੱਕ ਨੰਬਰ 133-9L ਜ਼ਿਲ੍ਹਾ ਸਾਹੀਵਾਲ ਸਾਹੀਵਾਲ ਨੂੰ ਪਹਿਲੇ ਮਿੰਟ ਕੁਮਰੀ ਕਹਿੰਦੇ ਸੀ ਹੁਣ ਸਾਹੀਵਾਲ ਕਹਿੰਦੇ ਨੇ ਇਹਦਾ 133-9L ਚੱਕ ਕੇ ਜਿਹਦੇ 'ਚ ਅੱਜ ਅਸੀਂ ਬੈਠੇ ਹਾਂ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਔਰ ਇਹਨਾਂ ਕੋਲ ਬੜੀਆਂ ਗੱਲਾਂ ਨੇ ਐਵੇਂ ਸਾਨੂੰ ਬੈਠੇ ਨਜ਼ਰ ਆਏ ਸੜਕ ਦੇ ਕਿਨਾਰੇ ਅਤੇ ਅਸੀਂ ਆਖਿਆ ਵੀ ਚਲੋ ਇੱਕ ਪੂਰੀ ਤਾਰੀਖ ਬੈਠੀ ਹੈ ਅਤੇ ਬਾਬਾ ਜੀ ਨੂੰ ਜਨਾਬ ਰਾਓ ਕਮਰ ਸ਼ਹਿਬਾਜ਼ ਸਾਹਿਬ ਨੇ ਸਾਡੇ ਦੋਸਤ ਉਹਨਾਂ ਨੇ ਫੌਰੀ ਤੌਰ 'ਤੇ ਸਾਨੂੰ ਕਿਹਾ ਜੀ ਆਓ ਇੱਥੇ ਡੇਰੇ 'ਤੇ ਬਹਿੰਦੇ ਹਾਂ ਅਤੇ ਬਾਬਾ ਜੀ ਨਾਲ ਤਵਾਰੀਖ ਦੇ ਪਿਛਲੇ ਪੁਰਾਣੇ ਵਰਕੇ ਖੋਲ੍ਹਨੇ ਹਾਂ ਅਤੇ ਆਓ ਬਾਬਾ ਜੀ ਨਾਲ ਗੱਲਬਾਤ ਕਰੀਏ ਬਾਬਾ ਜੀ ਤੁਹਾਡਾ ਨਾਂ ਕੀ ਹੈ ਅਹਿਮਦ ਦੀਨ ਅਤੇ ਬਾਬਾ ਜੀ ਆਪਣੇ ਬਾਪ ਦਾ ਕੀ ਨਾਂ ਸੀ ਜਲਾਲਦੀਨ ਦਾਦਾ ਜੀ ਦਾ ਕੀ ਨਾਂ ਸੀ ਅਲਾਈ ਬਖਸ਼ ਲਓ ਜੀ ਇਹ ਪੁਰਾਣੀਆਂ ਨਸਲਾਂ ਨੇ ਜਿਹਨਾਂ ਨੂੰ ਆਪਦੀਆਂ ਕਈ ਕਈ ਪੀੜ੍ਹੀਆਂ ਯਾਦ ਹੁੰਦੀਆਂ ਸੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਪੁੱਛ ਲਓ ਦਾਦੇ ਦਾ ਨਾਂ ਕੀ ਹੈ ਅਤੇ ਉਹਨਾਂ ਨੂੰ ਦਾਦੇ ਦਾ ਨਾਂ ਨਹੀਂ ਆਉਂਦਾ ਹੁੰਦਾ ਕਿਆ ਬਾਤ ਹੈ ਜੀ ਬਾਬਾ ਜੀ ਆਪਣਾ ਪਿਛਲਾ ਪਿੰਡ ਕਿਹੜਾ ਸੀ ਚੱਕ ਕਟਿਆਂਵਾਲਾ ਨਵਾਬਾਂ ਦਾ ਵੱਜਦਾ ਸੀ ਨਵਾਬ ਨੇ ਰੁੱਟ ਗਿਆ ਸੀ ਨਾ ਨਵਾਬ ਨੇ ਰੁੱਟ ਗਿਆ ਜਿਹੜਾ ਚੱਕ ਸੀ ਉਹ ਨਵਾਬ ਇਫਤਖਾਰ ਮਮਦੋਟ ਹਾਂ 84 ਪਿੰਡ ਸੀ ਉਹਦੇ 84 ਪਿੰਡਾਂ ਦੇ ਮਾਲਕ ਸੀ ਅੱਛਾ ਬਾਬਾ ਜੀ ਇਹ ਦੱਸੋ ਆਪਣੀ ਬਰਾਦਰੀ ਕਿਹੜੀ ਹੈ ਰਹਿਮਾਨੀ ਬਰਾਦਰੀ ਹੈ ਹਾਂ ਅੱਛਾ ਤੁਹਾਡਾ ਪਿੰਡ ਸੀ ਕਟਿਆਂਵਾਲਾ ਹਾਂ ਕਟਿਆਂਵਾਲਾ ਆਲ ਦੁਆਲੇ ਦੇ ਪਿੰਡ ਕਿਹੜੇ ਸੀ ਹਾਂ ਅੱਛਾ ਨਾਲ ਦੇ ਨਾਲ ਦੇ ਕਾਲਿਆਂਵਾਲਾ ਢਾਬਾ ਢਾਬਾ 2 ਪਿੰਡ ਸੀ ਅੱਛਾ ਅਰਨੀਆਂਵਾਲਾ ਹਾਂ ਪਟੋਲੀ ਵਾਲਾ ਠੀਕ ਹੈ ਤਾਂ ਅੱਗੇ ਚੱਕ ਵਾਹ ਭਾਈ ਸਾਹਿਬ ਪਰ ਮੈਂ ਉਦੋਂ 13 ਕੁ ਸਾਲ ਦਾ ਸਾਂ ਠੀਕ ਨੇੜੇ ਨੇੜੇ ਚੱਕ ਜਿਹੜੇ ਉਹ ਤਾਂ ਮੈਂ ਜਾਣਦਾ ਸਾਂ ਬਾਮਣੀ ਵੀ ਹੁੰਦੀ ਸੀ ਇੱਕ ਚੱਕ ਬਾਮਣੀ ਸੀ ਉਹਦਾ ਨਾਂ ਠੀਕ ਹੈ ਠੀਕ ਇੱਕ ਮੰਨੇ ਵਾਲਾ ਪਿੰਡ ਸੀ ਜਲਾਲਾਬਾਦ ਦੇ ਕੋਲ ਅੱਛਾ ਮੈਂ ਨੇੜੇ ਨੇੜੇ ਮੈਂ ਜਾਣਦਾ ਸਾਂ ਦੂਰ ਮੁਕਤਸਰ ਸੀ ਸਾਨੂੰ ਤਹਿਸੀਲ ਲੱਗਦੀ ਠੀਕ ਹੈ ਮੁਕਤਸਰ ਮੈਂ ਇੱਕ ਵਾਰੀ ਗਿਆ ਸਾਂ ਉਦੋਂ ਕੱਪੜੇ ਕੁਪੜੇ ਦੀਪੂ ਦੇ ਮਿਲਦੇ ਸੀ ਮੁਕਤਸਰ ਦੇ ਮੇਲਾ ਵੀ ਬੜਾ ਮਸ਼ਹੂਰ ਸੀ ਬੜਾ ਮੇਲਾ ਸੀ ਮੁਕਤਸਰ ਦਾ ਨਾ ਅੱਛਾ ਕਦੇ ਵੇਖਿਆ ਨਹੀਂ ਮੇਲਾ ਮੈਂ ਨਹੀਂ ਦੇਖਿਆ ਵੈਸੇ ਮੈਂ ਗਿਆ ਸਾਂ ਅੱਛਾ ਵੈਸੇ ਗਿਆ ਸੀ ਅੱਛਾ ਬਾਬਾ ਜੀ ਇਹ ਦੱਸੋ ਵੀ ਤੁਹਾਡਾ ਪਿੰਡ ਕਿੰਨਾ ਕੁ ਵੱਡਾ ਪਿੰਡ ਸੀ ਪਿੰਡ ਬਾਬਾ ਤਗੜਾ ਸੀ ਤਗੜਾ ਪਿੰਡ ਸੀ ਹਾਂ ਕਿੰਨੇ ਨੰਬਰਦਾਰ ਸਨ ਕੋਈ ਯਾਦ ਪੈਂਦਾ ਨੰਬਰਦਾਰ 81 ਸੀ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਵਿੱਚ ਮੁਸਲਮਾਨਾਂ ਦੇ ਘਰ ਕਿੰਨੇ ਸੀ ਅਤੇ ਸਿੱਖਾਂ ਦੇ ਘਰ ਵੀ ਆਇਆ ਸੀ ਸਾਰੇ ਮੁਸਲਮਾਨ ਸਾਰੇ ਮੁਸਲਮਾਨ ਸੀ ਖੱਤਰੀਆਂ ਦੇ 2 ਘਰ ਸੀ ਆਲੇ ਦੁਆਲੇ ਜਿਹੜੇ ਤੁਸੀਂ ਪਿੰਡ ਦੱਸੇ ਇਹ ਸਾਰੇ ਮੁਸਲਮਾਨਾਂ ਦੇ ਸੀ ਨਹੀਂ ਉਹਨੇ ਦੱਸਿਆ ਸਿੱਖਾਂ ਦਾ ਸੀ ਕਾਲੇ ਵਾਲਾ ਸਿੱਖਾਂ ਦਾ ਸੀ ਅੱਛਾ ਅਰਨੀਆਂ ਵਾਲਾ ਸਿੱਖਾਂ ਦਾ ਸੀ ਠੀਕ ਹੈ ਅਤੇ ਸਿੱਖਾਂ ਦੇ ਪਿੰਡ ਸੀ ਵਿੱਚ ਸੜੇ ਮੇਰੇ ਵੀ ਹੈਗੇ ਸੀ ਕੋਈ ਅੱਧਾ ਸਿੱਖਾਂ ਦਾ ਅੱਧਾ ਮੁਸਲਮਾਨਾਂ ਦਾ ਦੜਾ ਸੀ ਹਾਂ ਦੜਾ ਸੀ ਸਾਡੇ ਪਿੰਡ 'ਚ ਸਿੱਖ ਕੋਈ ਸੀ 2 ਘਰ ਖੱਤਰੀਆਂ ਦੇ ਉਹਨਾਂ ਦੀਆਂ 2 ਦੁਕਾਨਾਂ ਹੁੰਦੀਆਂ ਸੀ ਦੂਜੇ ਸਭ ਮੁਸਲਮਾਨ ਸਨ ਅੱਛਾ ਉਹ ਖੱਤਰੀਆਂ ਦੇ ਨਾਂ ਯਾਦ ਨੇ ਜਿਨ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਹਾਂ ਉਹ ਮੇਰੇ ਯਾਦ ਨੇ ਦੱਸੋ ਚੀਜ਼ੀ ਲੈਣ ਤਾਂ ਜਾਂਦੇ ਹੋਵੋਗੇ ਤੁਸੀਂ ਇੱਕ ਦਾ ਨਾਂ ਸੀ ਮਾਸ਼ੀਆ
ਅੱਛਾ ਇੱਕ ਦਾ ਨਾਂ ਸੀ ਡੋਗਰ ਠੀਕ ਹੈ ਉਹ ਖੱਤਰੀਆਂ ਵੱਡਿਆਂ ਦਾ ਉਹਨਾਂ ਨਾਂ ਦੱਸਿਆ ਮੈਂ ਤੈਨੂੰ ਉਹਨਾਂ ਦੇ ਮੁੰਡੇ ਕੋਲ ਤੁਹਾਡੇ ਹਾਣੀ ਵੀ ਹੈ ਸੀ ਮੁੰਡੇ ਉਹਨਾਂ ਦੇ ਹੈ ਹੀ ਨਹੀਂ ਸੀ ਅਸੀਂ ਪੁੱਛਿਆ ਤਾਂ ਕੋਈ ਜਿਹੜਾ ਸੀ ਨਾ ਡੋਗਰ ਹਾਂ ਉਹਦੀਆਂ ਦੋ ਧੀਆਂ ਹੀ ਸੀ ਮੁਲਾਦ ਕੋਈ ਨਹੀਂ ਸੀ ਠੀਕ ਹੈ ਤਾਂ ਜਿਹੜਾ ਦੂਆ ਸੀ ਉਹਦਾ ਬੱਚਾ ਛੋਟਾ ਸੀ ਉਦੋਂ ਅੱਛਾ 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 ਠੀਕ ਹੈ ਮੇਰੇ ਮੇਰੇ ਹਾਣ ਦਾ ਸੀ ਉਦੋਂ ਉਹਦਾ ਨਾਂ ਕੀ ਸੀ ਕੋਈ ਯਾਦ ਹੈ ਨਾਂ ਮੈਨੂੰ ਨਹੀਂ ਤੁਹਾਡੇ ਹਾਣ ਦਾ ਤੁਹਾਡੇ ਪਿੰਡ ਸਕੂਲ ਵਗੈਰਾ ਹੈ ਸੀ ਉਦੋਂ ਨਹੀਂ ਕੋਈ ਨਹੀਂ ਸੀ ਸਕੂਲ ਜਲਾਲਾਬਾਦ ਸ਼ਹਿਰ ਆ ਤਾਂ ਉਹ ਸ਼ਹਿਰ ਜਿਵੇਂ ਸਕੂਲ ਸੀ ਸਾਡੇ ਮੁੰਡੇ ਪੜ੍ਹਦੇ ਸੀ ਪੀਰਾਂ ਦਾ ਘਰ ਸੀ ਦੋ ਹੈਂ ਉਹ ਪੀਰਾਂ ਦੇ ਮੁੰਡੇ ਸਕੂਲੇ ਜਾਂਦੇ ਸੀ ਠੀਕ ਹੈ ਇੱਕ ਵਾਰੀ ਮੈਂ ਉਹਦੇ ਨਾਲ ਵੀ ਐਵੇਂ ਚਲਾ ਗਿਆ ਹਾਂ ਅਤੇ ਮੈਂ ਉਹ ਸਕੂਲ ਵੀ ਵੇਖਿਆ ਅੱਛਾ ਜੀ ਹਾਂ ਤੁਸੀਂ ਹੋਰ ਕੋਈ ਨਹੀਂ ਪੜ੍ਹਦਾ ਸੀ ਪੀਰਾਂ ਦੇ ਜਿਹੜੇ ਮੁੰਡੇ ਪੜ੍ਹਨ ਜਾਂਦੇ ਸੀ ਉਹ ਪੀਰਾਂ ਦੇ ਘਰ ਦਾ ਨਾਂ ਕੀ ਸੀ ਵੱਡਾ ਘਰ ਕਿਹੜਾ ਸੀ ਪੀਰਾਂ ਦਾ ਅਲੀ ਮੁਹੰਮਦ ਅਲੀ ਮੁਹੰਮਦ ਉਹਨਾਂ ਦੇ ਮੁੰਡੇ ਜਾਂਦੇ ਸੀ ਆਹੋ ਉਹਨਾਂ ਦੇ ਮੁੰਡੇ ਜਾਂਦੇ ਸੀ ਹੋਰ ਕੋਈ ਜਾਂਦੇ ਸੀ ਚੱਕ ਜੋ ਹੋਰ ਬੰਦਾ ਸ਼ਾਇਦ ਪੜ੍ਹਨ ਕੋਈ ਨਹੀਂ ਜਾਂਦਾ ਸੀ ਲਾਜ ਸਕੂਲ ਸਾਡੇ ਪਿੰਡ 'ਚ ਸੀ ਉਹ ਜਲਾਲਾਬਾਦ ਜਾਂਦੇ ਸੀ ਪੜ੍ਹਨ ਵਾਸਤੇ ਕਿੰਨੀ ਦੂਰ ਸੀ ਜਲਾਲਾਬਾਦ ਥੋੜ੍ਹਾ ਸੀ ਦੋ ਢਾਈ ਮੀਲ ਪਾਉਂਦੇ ਸੀ ਪੈਦਲ ਹੀ ਜਾਂਦੇ ਸੀ ਪੈਦਲ ਹੀ ਚਲੇ ਜਾਂਦੇ ਸੀ ਨਹੀਂ ਉਹ ਮੁੰਡੇ ਜੀ ਤਾਂ ਜਿਹੜਾ ਪੀਰਾਂ ਦਾ ਸੀ ਨਾ ਉਹਦੀ ਤਾਂ ਰਹਿ ਸੀ ਉੱਥੇ ਸੀ ਨਾ ਉਹਨੇ ਗ੍ਰੈਜੂਏਸ਼ਨ ਦੇ ਅੱਬੇ ਨੇ ਅੱਛਾ ਉੱਥੇ ਰਹਿੰਦਾ ਸੀ ਉਹ ਪੜ੍ਹਾਈ ਕਰਾਉਂਦਾ ਸੀ ਅਤੇ ਜਿਹੜੇ ਉਸ ਦੌਰ 'ਚ ਪੜ੍ਹ ਗਏ ਉਹ ਤਾਂ ਵੱਡੇ ਵੱਡੇ ਅਫਸਰ ਬਣ ਗਏ ਹੋਣਗੇ ਚੰਗਾ ਭਲਾ ਬਣਿਆ ਕਿ ਤਾਂ ਤਹਿਸੀਲਦਾਰ ਬਣਿਆ ਸੀ ਤੁਹਾਡੇ ਪਿੰਡ ਦੇ ਜਿਹੜੇ ਲੋਕ ਨੇ ਇਹ ਕਿੱਥੇ ਆ ਕੇ ਬੈਠੇ ਪਾਕਿਸਤਾਨ 'ਚ ਸਾਡੇ ਪਿੰਡ ਦੇ ਹਾਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੈਠੇ ਨੇ ਚੂੜੀਆਂ ਦੇ ਕੋਲ ਕਾਂਦੂ ਖਾਰਾ ਬਿਲਕੁਲ ਕਾਂਦੂ ਖਾਰਾ ਚੂੜੀਆਂ ਦੇ ਕੋਲ ਹੈ ਹੈ ਨਾ ਉਹ ਚੱਕ ਜਾਣ ਬੈਠੇ ਸੀ ਅੱਛਾ ਅਤੇ ਅਸੀਂ ਤਾਂ ਲੰਘ ਗਏ ਸਾਂ ਸ਼ੇਖੂਪੁਰੇ ਫਿਰ ਸ਼ੇਖੂਪੁਰੋਂ ਅਸੀਂ ਹਟ ਕੇ ਨਾ ਸਾਲ ਕੁ ਰਹੇ ਅਤੇ ਅਸੀਂ ਫਿਰ ਇੱਥੇ ਆ ਗਏ ਉਸੇ ਪਿੰਡ 'ਚ ਉੱਥੇ ਪਿੰਡ 'ਚ ਮੈਂ ਵੀ ਉੱਥੇ ਰਿਹਾ ਕਾਂਦੂ ਖਾਰੇ ਖਾਰਿਆਂ 'ਚ ਠੀਕ ਹੈ ਮੈਂ ਉੱਥੇ ਰਿਹਾ ਸਨ 63 'ਚ ਮੈਂ ਇੱਥੇ ਆਇਆ ਠੀਕ ਹੈ ਚੱਕ 'ਚ ਬਾਬਾ ਜੀ ਇਹ ਦੱਸੋ ਜਿਹੜੇ ਤੁਹਾਡੇ ਆਲ ਦੁਆਲੇ ਉੱਥੇ ਸਿੱਖ ਰਹਿੰਦੇ ਸੀ ਹਾਂ ਤੁਸੀਂ ਦੱਸਿਆ ਵੀ ਨਾਲ ਆਲ ਦੁਆਲੇ ਸਿੱਖਾਂ ਦੇ ਪਿੰਡ ਵੀ ਸੀ ਇਹਨਾਂ ਦੇ ਨਾਲ ਮੁਸਲਮਾਨਾਂ ਦੇ ਤਾਲੁਕਾਤ ਕਿਸ ਤਰ੍ਹਾਂ ਦੇ ਸੀ ਮੈਨੂੰ ਇੰਨੀ ਸਮਝ ਨਹੀਂ ਆਉਂਦਾ ਮੈਂ ਬੱਚਿਆਂ ਦਾ ਤਾਲੁਕਾਤ ਤਾਂ ਹੈਗੇ ਸੀ ਸਿੱਖਾਂ ਨਾਲ ਵੱਡਿਆਂ ਦੇ ਤਾਂ ਸਾਨੂੰ ਤਾਂ ਇੰਨਾ ਪਤਾ ਮੱਝਾਂ ਛੱਡ ਲੈਣੀਆਂ ਨਹਿਰ 'ਤੇ ਲੈ ਜਾਣੀਆਂ ਅਤੇ ਰੌਣੀਆਂ ਸਾਰੀ ਦਿਹਾੜੀ ਅਤੇ ਇੱਕ ਵਾਰੀ ਬੇਲਦਾਰਾਂ ਨੇ ਆਣ ਕੇ ਖੋ ਗਿਆ ਉਹਲੇ ਪਾਸੇ ਅਸੀਂ ਸਾਂ ਤਿੰਨ ਚਾਰ ਸ਼ੇਰੂ ਸਾਂ ਛੋਟੇ ਛੋਟੇ ਪਹਿਲੇ ਪਾਸੇ ਵੇਲਦਾ ਸੀ ਮੱਝਾਂ ਵੇਖ ਕੇ ਨਹਿਰ 'ਤੇ ਉੱਥੇ ਖੋ ਗਿਆ ਅਸੀਂ ਭੱਜ ਕੇ ਬੂਟਿਆਂ 'ਚ ਵੜ ਗਏ ਅੱਛਾ ਅਸੀਂ ਬੂਟਿਆਂ ਦੇ ਥੱਲੇ ਵੇਹਦੇ ਰਹੇ ਮੈਂ ਖੜਾ ਕੋ ਅੱਧਾ ਕੋ ਘੰਟਾ ਨਹਿਰ ਉਹ ਨਹੀਂ ਲੰਘ ਸਕਦਾ ਸੀ ਅਸੀਂ ਜਿਹੜੇ ਵੇਖਿਆ ਤਾਂ ਉਹਨੇ ਸਾਰਾ ਟੋਰ ਲਿਆ ਸਾਈਕਲ ਹੀ ਹੁੰਦੇ ਸੀ ਉਦੋਂ ਵੇਲਦਾਰਾਂ ਕੋਲ ਅੱਛਾ ਉਹ ਨਿਕਲ ਜਾਂਦੇ ਸੀ ਨਹਿਰ 'ਤੇ ਚੜ੍ਹ ਗਏ ਮੈਂ ਹਾਲਾ ਵੀ ਹੁਣ ਗਿਆ ਹੁਣ ਨਹੀਂ ਆਉਂਦਾ ਵੇਲਦਾਰ ਉਦੋਂ ਮੱਝਾਂ ਚਰਾਉਣ ਤੋਂ ਰੋਕਦੇ ਸੀ ਵੀ ਨਹਿਰ ਦੇ ਕਿਨਾਰੇ ਮੱਝਾਂ ਨਹੀਂ ਚਰਾਉਣੀਆਂ ਰੋਕਦੇ ਸੀਗੇ ਅੱਛਾ ਨਹਿਰ ਤੋਂ ਰੋਕਦੇ ਸੀ ਨਹਿਰ ਦਾ ਨੁਕਸਾਨ ਹੁੰਦਾ ਸੀ ਪਟੜੀ ਦਾ ਇੱਥੇ ਆਪਣੇ ਵੀ ਹੁਣ ਪਾਕਿਸਤਾਨ 'ਚ ਵੀ ਰੋਕਦੇ ਆ ਅੱਛਾ 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 ਨਹਿਰ ਜੋ ਬਈ ਉਹ ਮੱਝਾਂ ਦੇ ਖੁਰਾਂ ਨਾਲ ਪਟੜੀ ਖੁਰ ਜਾਂਦੀ ਹੈ ਬਿਲਕੁਲ ਅਤੇ ਨਹਿਰ ਟੁੱਟਣ ਦਾ ਖਤਰਾ ਹੁੰਦਾ ਹੈ ਟੁੱਟਣ ਦਾ ਖਤਰਾ ਹੁੰਦਾ ਸੀ ਇਸ ਵਾਸਤੇ ਰੋਕਦੇ ਸੀ ਅੱਛਾ ਉਦੋਂ ਬੈਲਦਾਰ ਸਾਈਕਲਾਂ 'ਤੇ ਫਿਰਦੇ ਹੁੰਦੇ ਸੀ ਉਦੋਂ ਹੁੰਦੇ ਹੀ ਸਾਈਕਲ ਸੀ ਉਹ ਪਟਵਾਰੀ ਕੋਲ ਸਾਈਕਲ ਹੁੰਦਾ ਸੀ ਇੱਕ ਪਟਵਾਰੀ ਸਾਡੇ ਹਲਕੇ ਲੱਗਾ ਸੀ ਉਹਦੇ ਕੋਲ ਸਾਈਕਲ 'ਤੇ ਆਉਂਦਾ ਸੀ ਤਾਂ ਮੈਨੂੰ ਇਹ ਵੀ ਪਤਾ ਉਹ ਸਾਈਕਲ 'ਤੇ ਸਾਡੇ ਚੱਕ ਦੇ ਵਿੱਚੋਂ ਨਹੀਂ ਨਾ ਚੜਿਆ ਚੜਾਇਆ ਲੰਘਿਆ ਅਤੇ ਬੰਦਿਆਂ ਨੇ ਉਹਨੇ ਰੋਕ ਦਿੱਤਾ ਮੈਂ ਕਿਹਾ ਚੜਿਆ ਚੜਾਇਆ ਸਾਈਕਲ 'ਤੇ ਨਾ ਲੰਘੀ ਹਾਂ ਬੜੇ ਅਣਖ ਵਾਲੇ ਬੰਦੇ ਸੀ ਉਦੋਂ ਹਾਂ ਉਹਨਾਂ ਆਖਿਆ ਸਾਈਕਲ 'ਤੇ ਚੜਿਆ ਚੜਾ ਨਾ ਲੰਘੀ ਅਤੇ ਪੈਦਲ ਲੰਘੀ ਨਹੀਂ ਤਾਂ ਬਾਹਰ ਬਾਹਰ ਹੀ ਨਿਕਲ ਜਾ ਕਰ ਆਰਾਮ ਪਟਵਾਰੀ ਨੂੰ ਆਖਿਆ ਹਾਂ ਪਟਵਾਰੀ ਨੂੰ ਵਾਹ ਜੀ ਵਾਹ ਇਹ ਬਾਬਾ ਜੀ ਉਹ ਘੋੜੇ 'ਤੇ ਚੜ੍ਹ ਕੇ ਪਿੰਡ 'ਚੋਂ ਬੰਦਾ ਨਹੀਂ ਲੰਘ ਸਕਦਾ ਸੀ ਮੈਨੂੰ ਉੱਡ ਕੇ ਹੀ ਦੱਸਦੇ ਵੀ ਮਤਾਂ ਘਰਾਂ 'ਚ ਝਾਤੀ ਪਵੇ ਹਾਂ ਘੋੜੇ 'ਤੇ ਵੀ ਹੋਣਾ ਤਾਂ ਉਹਨੂੰ ਕਰਾਂ ਤਾਂ ਆਪ ਜਾਂ ਉਤਰ ਕੇ ਤਾਂ ਲੰਘ ਜਾ ਠੀਕ ਹੈ ਮੈਂ ਅੱਖਾਂ ਨਾਲ ਸੁਣਿਆ ਨਾ ਅੱਛਾ ਕੰਨਾਂ ਨਾਲ ਸੁਣਿਆ ਅਤੇ ਅੱਖਾਂ ਨਾਲ ਵੇਖਿਆ ਬਿਲਕੁਲ ਠੀਕ ਹੈ ਅੱਛਾ ਅੱਛਾ ਮੈਂ 13 ਸਾਲ ਦਾ ਮੈਨੂੰ ਹੋਸ਼ ਸੀ ਸਾਰੀ ਅੱਛਾ ਬਾਬਾ ਜੀ ਇਹ ਦੱਸੋ ਜਿਹੜੇ ਉਦੋਂ ਥਾਣੇਦਾਰ ਪੁਲਿਸ ਵਗੈਰਾ ਪਿੰਡ 'ਚ ਆਉਂਦੀ ਸੀ ਉਹ ਥਾਣੇਦਾਰ ਕਾਹਦੇ 'ਤੇ ਆਉਂਦਾ ਹੁੰਦਾ ਸੀ ਥਾਣੇਦਾਰ ਕੋਈ ਬਕੂ ਆ ਮੰਨਦਾ ਤਾਂ ਆਉਂਦਾ ਉਹਨੇ ਉਦੋਂ ਆ
ਆ ਟੋਪੀਆਂ ਨਹੀਂ ਹੁੰਦੀਆਂ ਸੀ ਥਾਣੇਦਾਰਾਂ ਦੇ, ਠੀਕ ਹੈ, ਉਹ ਟੋਪੀ ਦੂਸਰੀ ਹੁੰਦੀ ਸੀ, ਕਦੇ ਤੁਸੀਂ ਵੇਖੀ ਪਰ ਤੁਸੀਂ ਨਹੀਂ ਵੇਖੀ ਹੁੰਦੀ, ਨਹੀਂ ਵੇਖੀ, ਉਹ ਟੋਪੀ ਹੁੰਦੀ ਸੀ ਥੱਲੇ ਡੋਰਿਆਂ ਵਾਲਾ ਹੁੰਦਾ ਸੀ ਜਿਹੜਾ ਨਾਲ ਵੇਚਾ ਹੁੰਦਾ ਸੀ ਸਾਫ਼ ਆ ਗਿਆ, ਉਹ ਟੋਪੀ ਹੁੰਦੀ ਸੀ ਅੱਛਾ ਸਿਪਾਹੀਆਂ ਦੇ, ਅਤੇ ਸਿਪਾਹੀ ਜਿਹੜੇ ਹੁੰਦੇ ਸੀ ਨਾ ਇਹ ਕੱਛਾ ਉਹਨਾਂ ਦਾ ਇੱਦਾਂ ਤੱਕ ਹੋਣਾ, ਅੱਛਾ ਜੀ, ਆ ਹੁਣ ਤਾਂ ਸਲਵਾਰਾਂ ਨੇ ਨਾ ਕੱਛਾ ਇੱਦਾਂ ਤੱਕ ਹੋਣਾ, ਤਾਂ ਉਹ ਸਿਪਾਹੀ ਉਦੋਂ ਹੁੰਦੇ ਸੀ ਥਾਣੇਦਾਰ ਦੇ, ਪੱਗ ਬੰਨੀ ਹੁੰਦੀ ਸੀ, ਪੱਗ ਨਹੀਂ ਉਹੀ ਟੋਪੀ, ਟੋਪੀ ਹੁੰਦੀ ਸੀ, ਪੱਗ ਨਹੀਂ ਹੁੰਦੀ ਸੀ, ਅੱਛਾ 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 ਅੱਛਾ, ਉਹ ਟੋਪੀ ਹੁੰਦੀ ਸੀ ਥਾਣੇਦਾਰ ਨੇ, ਥਾਣੇਦਾਰ ਘੋੜੇ 'ਤੇ ਚੜ੍ਹ ਕੇ ਆਉਂਦਾ ਸੀ ਜਾਂ ਤਾਂਗੇ 'ਤੇ, ਟਾਂਗਾ ਵੀ ਆ ਜਾਂਦਾ ਸੀ ਘੋੜੇ 'ਤੇ ਵੀ ਆਉਂਦਾ ਸੀ, ਅੱਛਾ ਉਦੋਂ ਟਾਂਗਾ ਜਾਂ ਘੋੜਾ ਹੀ ਹੁੰਦਾ ਸੀ, ਉਹ ਤਾਂ ਹੁੰਦਾ ਹੀ ਕੁਛ ਨਹੀਂ, ਅਤੇ ਸੁਣਿਆ ਪੁਲਿਸ ਦਾ ਉਦੋਂ ਬੜਾ ਰੋਹਬ ਹੁੰਦਾ ਸੀ, ਨਾ ਬੜਾ ਰੋਹਬ ਹੁੰਦਾ ਸੀ ਜੀ, ਰੋਹਬ ਨਾਲ ਆ ਗਿਆ, ਥਾਣੇਦਾਰ ਨੇ ਜਦੋਂ ਪਿੰਡ 'ਚ ਆਉਣਾ ਹੁੰਦਾ ਸੀ ਪਹਿਲੇ ਪਤਾ ਲੱਗ ਜਾਂਦਾ ਸੀ ਵੀ ਥਾਣੇਦਾਰ ਨੇ ਆਉਣਾ, ਜਦੋਂ ਲੜਾਈ ਵੀ ਪਿੰਡ 'ਚ ਹੋ ਗਈ ਥਾਣੇਦਾਰ ਲੋਕਾਂ ਦਾ ਪਤਾ ਪਹਿਲੇ ਦਾ ਵੀ ਪੁਲਿਸ ਤਾਂ ਆਵੇਗੀ, ਨੰਬਰਦਾਰ ਦਾ ਕੀ ਨਾਂ ਸੀ ਤੁਹਾਡੇ ਪਿੰਡ ਕੱਟੀਆਂ ਵਾਲੇ ਦਾ, ਨੰਬਰਦਾਰ ਨਾਂ ਸੀ ਇਹਦਾ ਨਾਮ ਮੂਸਾ, ਕਿਹੜੀ ਬਰਾਦਰੀ ਦਾ ਸੀ, ਜੋਈਆ ਸੀ, ਤੁਹਾਡੇ ਪਿੰਡ ਕਿਹੜੀ ਕਿਹੜੀ ਬਰਾਦਰੀਆਂ ਬੈਠੀਆਂ ਸੀ, ਸਾਡੇ ਪਿੰਡ 'ਚ ਜੋਈਏ ਸਨ ਜਾਂ ਤਿੰਨ ਚਾਰ ਘਰ ਪੱਟੀਆਂ ਦੇ ਸੀ, ਅੱਛਾ, ਅਤੇ ਦੋ ਘਰ ਪੀਰਾਂ ਦੇ ਸੀ, ਠੀਕ ਹੈ, ਹੋਰ ਬਰਾਦਰੀ ਕੋਈ ਨਹੀਂ ਸੀ, ਠੀਕ ਹੈ ਠੀਕ ਹੈ, ਬਾਬਾ ਜੀ ਜਿਹੜੇ ਆਲੇ ਦੁਆਲੇ ਸਿੱਖ ਬੈਠੇ ਸੀ ਨਾਲ ਦੇ ਪਿੰਡਾਂ ਵਿੱਚ, ਹਾਂ, ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਹੈ ਤੁਹਾਨੂੰ, ਨਹੀਂ ਮੈਨੂੰ ਨਹੀਂ ਯਾਦ, ਕੋਈ ਮੈਂ ਉਹਦੇ ਛੋਟਾ ਹੀ ਹੁੰਦਾ, ਅੱਛਾ ਅੱਛਾ ਅੱਛਾ, ਸਿੱਖਾਂ ਦਾ ਨਾਂ ਨਹੀਂ ਯਾਦ ਮੈਨੂੰ, ਠੀਕ ਹੈ, ਕਦੇ ਆਪਣੇ ਪਿੰਡ ਆਏ ਵੀ ਨਹੀਂ ਵੇਖੇ, ਨਹੀਂ ਉਵੇਂ ਤਾਂ ਦੇਖਿਆ ਸਾਡੇ ਪਿੰਡ, ਮੈਂ ਤੁਹਾਨੂੰ ਦੱਸਦਾ ਮੈਂ ਉਹ ਵੀ ਦੇਖਿਆ ਵਾਕਿਆ, ਵੀ ਜਿਹੜੇ ਆ ਵੋਟ ਹੁੰਦੇ ਸੀ ਨਾ ਇਹ ਸਿੱਖਾਂ ਦਾ ਨੁਕਸਾਨ ਬਹੁਤ ਕਰਦੇ ਸੀ, ਆਨੰਦ ਸਿੰਘ ਵਾਲੀਆਂ ਝੁੱਗੀਆਂ ਵੱਜਦੀਆਂ ਸੀ ਇੱਥੇ, ਉਹਨਾਂ ਕੀਤਾ ਨੁਕਸਾਨ ਉਹਨਾਂ ਦੇ ਆਪ ਚੁੱਕੀਆਂ ਕਣਕਾਂ, ਅਤੇ ਉਹ ਲੰਘ ਜੱਟੀ ਜਿਹੜੀ ਸੀ ਨਾ ਐਡੀ ਚੌੜੀ ਸੀ, ਅੱਛਾ, ਘੋੜੀ ਦੇ ਉੱਤੇ ਬੈਠੀ ਹੋਈ, ਅੱਛਾ ਜੀ, ਅਤੇ ਜਿਹੜੇ ਸਾਡੇ ਪਿੰਡ ਦੇ ਨਜ਼ਦੀਕ ਆਈ ਨਾ ਉਹਨਾਂ ਉਜਾੜਾ ਕਰਕੇ ਨਿਕਲੇ ਸੀ, ਉਹ ਮਨ ਸਿੱਖ ਮਗਰ ਲੱਗ ਗਏ, ਅੱਛਾ ਜੀ, ਸਾਡੇ ਪਿੰਡ ਆ ਗਈ ਅਤੇ ਅਸੀਂ ਉੱਥੇ ਖੇਡਦੇ ਪਏ ਸਾਂ ਨਿੱਕੇ ਨਿੱਕੇ ਹੁੰਦੇ ਸਾਂ, ਅੱਛਾ, ਉਹ ਜੱਟੀ ਨੇ ਲੜਕੜਾ ਮਾਰਿਆ, ਅੱਛਾ, ਕਿਹਾ ਤੇਰੀ ਮਾਰ, ਤੁਸੀਂ ਸਾਰਾ ਘਿਓ ਖਾ ਗਿਆ, ਮਨ ਪੱਕਾ ਜੇ ਨਿਕਲਿਆ ਜਾਂਦਾ ਜੀ, ਹੈਂ, ਉਹਨੇ ਫਿਰ ਨਾ ਉਹ ਸਿੱਖ ਨੇ ਮਾਰੀ ਬਰਸੀ ਇੱਥੇ, ਹੈਂ ਹੈਂ, ਬਰਸੀ ਮਾਰੀ ਜੋ ਫਿਰ ਮਾਰੀ ਦਾ ਭਾਈਜਾ ਤੜੁਕਦਾ ਨਾ ਤੂੜੀ ਵਾਲੇ ਅੰਦਰ ਜਾ ਕੇ ਵੜ ਗਿਆ, ਉਹ ਓੜ ਜਿਹੜਾ, ਓੜ ਜਿਹੜਾ, ਅੱਛਾ ਜੀ, ਤਾਂ ਅੱਗੋਂ ਫਿਰ ਪੈ ਗਿਆ ਮੁਸਲਮਾਨਾਂ ਦਾ ਪਿੰਡ ਸੀ, ਉਹਨਾਂ ਲੜ ਕਰਿਆ, ਉਹਨੇ ਆਖਿਆ ਖਬਰਦਾਰ ਡੋਲਦੇ ਸੀ ਮੇਰੇ ਆਏ ਤਾਂ, ਫਿਰ ਉਹ ਸਿੱਖ ਤਾਂ ਪਿਛਾਣ ਗਿਆ, ਜੱਟੀ ਖੁਦ ਆਈ ਸੀ ਉਹਦੇ ਮਗਰ, ਠੀਕ ਹੈ ਠੀਕ ਹੈ, ਇਹ ਓੜ ਤਾਂ ਵੈਸੇ ਪੱਖੀਆਂ ਝੁੱਗੀਆਂ ਲਾ ਕੇ ਰਹਿੰਦੇ ਆ ਜ਼ਿਆਦਾ, ਓੜ ਵਿਜਾੜਾ ਬਹੁਤ ਕਰਦੇ ਸੀ, ਕਰਦੇ ਸਿੱਖਾਂ ਦਾ ਸੀ ਮੁਸਲਮਾਨਾਂ ਦਾ ਨਹੀਂ ਕਰਦੇ ਸੀ, ਸਿੱਖਾਂ ਦੀਆਂ ਕਣਕਾਂ ਚੁੱਕ ਲੈਣੀਆਂ ਫਸਲਾਂ ਵਿਜਾੜ ਦੇਣੀਆਂ, ਮੁਸਲਮਾਨਾਂ ਦੇ ਨੇੜੇ ਨਹੀਂ ਆਉਂਦੇ ਸੀ, ਇਹ ਚੋਰੀ ਚਕਾਰੀ ਉਦੋਂ ਵੀ ਇਹ ਕਰ ਲੈਂਦੇ ਸੀ ਓੜ, ਆਹੋ, ਕਰਦੇ ਸੀ, ਹੁਣ ਵੀ ਕਰ ਕੁਰ ਲੈਂਦੇ ਆ, ਹੁਣ ਵੀ ਕਰਦੇ ਆ ਜਿੱਥੇ ਬੈਠੇ ਹੋਣ ਨਾ, ਇਹਨਾਂ 'ਚ ਇਹ ਮਰਜ਼ ਅਜੇ ਵੀ ਹੈ, ਹਾਂ, ਅੱਛਾ ਇਹ ਦੱਸੋ ਬਾਬਾ ਜੀ ਸ਼ਾਦੀ ਵਿਆਹ ਕਿਸ ਤਰ੍ਹਾਂ ਦੇ ਹੁੰਦੇ ਸੀ ਉਦੋਂ, ਇਹਨਾਂ ਦੀ ਮੁਸਲਮਾਨਾਂ ਦੇ ਸ਼ਾਦੀ ਵਿਆਹ ਕਿਸ ਤਰ੍ਹਾਂ ਦੇ ਉਦੋਂ ਹੁੰਦੇ ਸੀ, ਕਿਵੇਂ ਕਰਦੇ ਸੀ ਸ਼ਾਦੀ ਵਿਆਹ ਮੁਸਲਮਾਨ, ਹਾਂ, ਮੁਸਲਮਾਨ ਸ਼ਾਦੀ 'ਚ ਇਵੇਂ ਹੀ ਕਰਦੇ ਸੀ, ਪਰ ਆਹ ਹੁਣ ਵਾਲੇ ਵਿਜਾੜੇ ਨਹੀਂ ਦੇ, ਹਾਂ, ਹੁਣ ਵਾਲੇ ਵਿਜਾੜੇ ਨਹੀਂ ਹੁੰਦੇ ਸੀ, ਹਾਂ, ਹੁਣ ਤਾਂ ਵਿਜਾੜੇ ਅੱਜ ਤਮਾਸ਼ ਵੀ ਆ ਗਿਆ, ਉਹ ਕੱਪੜੇ ਲਿਆ, ਉਹ ਲਿਆ, ਵਰਾ ਸੂਈ ਲਿਆ, 20,000 ਲਾਗਾਂ ਦਾ ਮੰਗ ਲੈਂਦੇ ਨੇ, ਬਿਲਕੁਲ ਇਸੇ ਤਰ੍ਹਾਂ, ਹੁਣ ਵਿਆਹ ਕਰਨਾ ਬੜਾ ਔਖਾ ਹੋ ਗਿਆ ਜੀ, ਹੁਣ ਤਾਂ ਮਾੜੇ ਬੰਦੇ ਨਾਲ ਵਿਆਹ ਕਰ ਹੀ ਨਹੀਂ ਸਕਦਾ, ਹਾਂ, ਸਾਡੇ ਇੱਕ ਉੱਥੇ ਚੱਕ ਜਾਈ ਸੀ ਬਰਾਤ, ਹਾਂ, ਉਹ ਵਾਹਵਾ ਪੁੱਜਦੇ ਸੀ ਜੋਈਆਂ ਦੀ, ਹਾਂ, ਉਹਨੇ ਆ ਲਿਆਂਦੇ ਸੀ ਜਿਹੜੇ ਆ ਤਮਾਸ਼ ਦੀ ਨਾ ਆ ਫੁੱਲ ਝੜੀਆਂ, ਉਹ ਅਸੀਂ ਵੇਖੀਆਂ ਸੀ, ਉਹ ਨਾ ਉਡਾਈਆਂ, ਅਸੀਂ ਚੱਕਰ ਵਾਲਾ ਇੱਕ ਹੁੰਦਾ ਸੀ ਜਿਹਦੇ ਅੱਗ ਨਿਕਲਦੀ ਸੀ, ਹਾਂ, ਤਾਂ ਹੋਰ ਆਮ ਨਹੀਂ ਖਰਚਾ ਕਰਦੇ ਸੀ, ਅੱਛਾ ਜੀ, ਅੱਛਾ ਬਾਬਾ ਜੀ ਇਹ ਦੱਸੋ ਤੁਸੀਂ ਨਵਾਬ ਮਮਦੋਟ ਦੇ ਪਿੰਡਾਂ 'ਚ ਰਹਿੰਦੇ ਸੀ, ਨਵਾਬ ਇਫਤਖਾਰ ਮਮਦੋਟ ਨੂੰ ਕਦੇ ਤੁਸੀਂ ਵੇਖਿਆ ਵੀ ਸੀ, ਕਿਹਨੇ ਮੈਂ, ਹਾਂ, ਮੈਂ ਦੇਖਿਆ ਸੀ ਆਪਣੇ ਸ਼ਹਿਰ ਜਲਾਲਾਬਾਦ, ਅੱਛਾ, ਉਹ ਮੰਡੀ ਲੱਗਦੀ ਸੀ ਨਾ, ਅੱਛਾ, ਅਤੇ ਮੰਡੀ 'ਚ ਫਿਰ ਅਸੀਂ ਨਿਆਣੇ ਸ਼ੌਕ ਨਾਲ ਜਾਂਦੇ ਸਾਂ, ਠੀਕ ਹੈ, ਅਤੇ ਮੰਡੀ ਲਵਾਉਂਦਾ ਵੀ ਉਹ ਸੀ, ਹੈਂ, ਫਿਰ ਘੋੜਿਆਂ ਦੀ ਦੌੜ ਕਰਾਉਂਦੇ ਸੀ, ਠੀਕ ਹੈ,
ਘੋੜਾ ਨਹੀਂ ਨਵਾਬ ਦੌੜ ਕਰਾਉਂਦਾ ਸੀ ਅੱਛਾ ਜੀ ਤੇ ਜਿਹੜਾ ਵੱਧ ਜਾਣਾ ਉਹਨੂੰ ਇਨਾਮ ਜ਼ਿਆਦਾ ਦੇਣਾ ਜਿਹਨੇ ਘੱਟ ਜਾਣਾ ਇਨਾਮ ਉਹਨੂੰ ਵੀ ਦੇਣਾ ਵਾਹ ਜੀ ਵਾਹ ਅੱਜ ਖੋਤੀਆਂ ਵਿੱਚ ਨਾ ਬਾਗ ਪਿੱਛੇ ਨੂੰ ਮੂੰਹ ਕਰਾ ਕੇ ਅੱਖਾਂ ਬੰਨ ਕੇ ਇਹ ਵੀ ਭਜਾਉਂਦਾ ਸੀ ਅੱਛਾ ਸ਼ੁਗਲੀ ਸੀ ਨਵਾਬ ਸ਼ੁਗਲੀ ਸੀ ਸ਼ੌਕ ਰੱਖਦਾ ਹੁੰਦਾ ਸੀ ਇਨਾਮ ਸਾਰਿਆਂ ਨੂੰ ਦਿੰਦਾ ਸੀ ਜਿਹੜਾ ਵੱਧ ਜਾਣਾ ਉਹਨੂੰ ਜ਼ਿਆਦਾ ਜਿਹਨੇ ਘੱਟ ਜਾਣਾ ਉਹਨੂੰ ਥੋੜ੍ਹਾ ਅੱਛਾ ਫਿਰ ਅਸੀਂ ਅੱਖਾਂ ਨਾਲ ਵੇਖਿਆ ਨਾ ਠੀਕ ਹੈ ਠੀਕ ਹੈ ਤੁਹਾਡੇ ਪਿੰਡ ਕਦੇ ਆਏ ਨਵਾਬ ਸਾਹਿਬ ਹਾਂ ਆਉਂਦਾ ਰਿਹਾ ਆਉਂਦਾ ਰਿਹਾ ਪਿੰਡ ਆਉਂਦਾ ਹੀ ਸੀ ਉਹਨੇ ਆਉਣਾ ਨਹੀਂ ਸੀ 84 ਪਿੰਡ ਸੀ ਹੁੰਦੇ 84 ਪਿੰਡ ਸੀ ਹੁੰਦੇ ਠੀਕ ਹੈ ਠੀਕ ਹੈ ਠੀਕ ਬਾਬਾ ਜੀ ਇਹਨੂੰ ਤਹਿਸੀਲ ਕਿਹੜੀ ਲੱਗਦੀ ਸੀ ਤੁਹਾਡੇ ਪਿੰਡ ਨੂੰ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੁਕਤਸਰ ਮੁਕਤਸਰ ਸੀ ਠੀਕ ਹੈ ਠੀਕ ਹੈ ਥਾਣਾ ਜਲਾਲਾਬਾਦ ਦਾ ਲੱਗਦਾ ਜਲਾਲਾਬਾਦ ਦਾ ਅੱਛਾ ਬਾਬਾ ਜੀ ਇਹ ਦੱਸੋ ਸਾਨੂੰ ਕਿਵੇਂ ਕਿਵੇਂ ਤੁਸੀਂ ਸੁਣਨਾ ਸ਼ੁਰੂ ਕੀਤਾ ਵੀ ਇੱਥੋਂ ਜਾਣਾ ਹੈ ਇਹ ਹੁਣ ਜਿਹੜਾ ਕੱਟੀ ਵਾਲਾ ਪਿੰਡ ਹੈ ਛੱਡਣਾ ਪੈਣਾ ਸਾਨੂੰ ਇੱਥੋਂ ਪਾਕਿਸਤਾਨ ਬਣਦਾ ਪਿਆ ਉੱਧਰ ਜਾਣਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਪਹਿਲੇ ਹੀ ਸੁਣ ਲਿਆ ਸੀ ਜਾਂ ਪਹਿਲੇ ਤੁਸੀਂ ਹੋਰ ਕੋਈ ਸੁਣਿਆ ਸੀ ਵੀ ਜੋ ਸੁਣਿਆ ਸਾਨੂੰ ਦੱਸੋ ਮੁਕਤਸਰ ਦੇ ਇਲਾਕੇ 'ਚੋਂ ਨਾ ਬੰਦਾ ਵੈਸੇ ਸਾਡੇ ਪਿੰਡ ਦਾ ਹੀ ਸੀ ਜਾਣਦਾ ਸੀ ਉਹ ਉਹਦੇ ਉੱਥੇ ਰਿਸ਼ਤੇਦਾਰ ਸੀ ਅੱਛਾ ਮੇਰੇ ਬੰਨੇ ਵੇਖ ਕੇ ਸਾਡੇ ਪਿੰਡ 'ਚ ਹਾਂਜੀ ਉਹ ਮੁਕਤਸਰ ਦੇ ਇਲਾਕੇ 'ਚੋਂ ਆਇਆ ਅਤੇ ਉਹਨੂੰ ਪੈ ਗਿਆ ਸਿੱਖ ਅੱਛਾ ਜੀ ਸਿੱਖਾਂ ਨੇ ਨਾ ਆਪਣੇ ਵੱਲੋਂ ਮਾਰ ਕੇ ਸੁਰਗ ਕੋਈ ਹਿੱਸਾ ਉਹਨਾਂ ਬਰਸੀ 'ਚੋਂ ਬਗੈਰ ਨਹੀਂ ਛੱਡਿਆ ਸੀ ਅੱਛਾ ਜੀ ਤਾਂ ਅੱਲਾ ਉਹਨਾਂ ਨੂੰ ਜੰਗ ਉਹਨੀ ਬਖਸ਼ੀ ਨਹੀਂ ਸੀ ਉਹ ਫਿਰ ਆਪ ਦੱਸੇ ਵੀ ਮੈਂ ਰਾਤ ਨੂੰ ਕਮਾਂਡਾਂ 'ਚ ਰਾਤ ਨੂੰ ਮੈਂ ਟੁਰਨਾ ਰੇਡ ਖੋਲ੍ਹ ਕੇ ਜਿਹੜੇ ਮੈਂ ਕਮਾਂਡਾਂ ਦੇ ਵਿੱਚ ਬਹਿ ਜਾਣਾ ਠੀਕ ਹੈ ਅਤੇ ਮੈਂ ਆ ਤੁਹਾਡੇ ਕੋਲ ਆ ਕੇ ਪਹੁੰਚਿਆ ਫਿਰ ਉਹਦੇ ਜ਼ਖਮ ਅਸੀਂ ਅੱਖਾਂ ਨਾਲ ਵੇਖੇ ਅੱਛਾ ਜੀ ਤਾਂ ਅੱਲਾ ਉਹਨੇ ਤੰਦਰੁਸਤੀ ਦਿੱਤੀ ਫਿਰ ਉਹ ਬਾਅਦ 'ਚ ਮਰਿਆ ਕੁਝ 8-10 ਸਾਲ ਬਾਅਦ ਅੱਛਾ ਉਹਨਾਂ ਕੋਲੋਂ ਨਿਕਲ ਕੇ ਆ ਗਿਆ ਸੀ ਇੱਧਰ ਸੀ ਨਾ ਮੁਕਤਸਰ ਇਹ ਇਲਾਕੇ 'ਚ ਸਿੱਖ ਦੀ ਜ਼ੋਰ ਜ਼ਿਆਦਾ ਸੀ ਤਾਂ ਇਹ ਫਿਰ ਜਿੰਨੇ ਸਾਡੇ ਤਾਂ ਅਸੀਂ ਤਾਂ ਅੱਲਾ ਕਿਤੇ ਜਿਹੜੇ ਘਰੋਂ ਨਿਕਲੇ ਹਾਂ ਨਾ ਇੱਧਰ ਮੇਰੇ ਬੰਨੇ ਵੇਖ ਕੇ ਘਰੋਂ ਜਿਹੜੇ ਨਿਕਲੇ ਮੀਂਹ ਲੈ ਪਿਆ ਸਾਰਾ ਚੱਕ ਨਿਕਲ ਪਿਆ ਬਾਹਰ ਬਾਰਿਸ਼ ਹੋ ਗਈ ਸ਼ੁਰੂ ਹੱਟ ਕੇ ਫਿਰ ਵਿੱਚ ਵੜ ਗਏ ਮਕਾਨਾਂ 'ਚ ਨਹੀਂ ਘਰੋਂ ਬਾਹਰ ਹੀ ਨਿਕਲਿਆ ਆਪਾਂ ਉਦੋਂ ਪਹਿਲੇ ਇਹ ਪੁੱਛਣਾ ਮੈਂ ਤੁਹਾਨੂੰ ਕਿਵੇਂ ਲੱਗਿਆ ਸੁਣਿਆ ਕਿਵੇਂ ਇੱਥੋਂ ਨਿਕਲਣਾ ਪੈਣਾ ਇਹ ਕਿਹਨੇ ਦੱਸਿਆ ਵੀ ਨਿਕਲੋ ਬਾਈ ਇੱਥੇ ਨਹੀਂ ਹੁਣ ਰਹੇ ਹੋਣਾ ਜਿਹੜੇ ਉਹ ਬੰਦਾ ਨੱਸ ਕੇ ਆਇਆ ਸੀ ਨਾ ਉਹ ਨੱਸ ਕੇ ਆਇਆ ਫੱਟੜ ਹੋ ਕੇ ਆਇਆ ਹਾਂ ਉਹਨੇ ਦੱਸਿਆ ਵੀ ਆਪਾਂ ਇੱਥੇ ਰਹਿ ਨਹੀਂ ਸਕਦੇ ਹੁਣ ਅੱਛਾ ਹੁਣ ਨਿਕਲਣਾ ਸਾਨੂੰ ਪਤਾ ਲੱਗ ਗਿਆ ਵੀ ਇਹ ਵੰਡ ਪਏਗੀ ਅੱਛਾ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਤਾਂ ਮੁਸਲਮਾਨਾਂ ਨੇ ਇੱਥੋਂ ਨਿਕਲ ਜਾਣਾ ਅਤੇ ਨਾਲੇ ਐਲਾਨ ਹੋ ਗਿਆ ਵੀ ਆਪਾਂ ਮੁਸਲਮਾਨ ਕੁੰਜ ਕੇ ਨਿਕਲ ਜਾਓ ਉਦੋਂ ਪਹਿਲੇ ਕਿਤੇ ਇਹ ਵੀ ਤੁਸੀਂ ਸੁਣਿਆ ਸੀ ਵੀ ਫਿਰੋਜ਼ਪੁਰ ਦਾ ਇਹ ਇਲਾਕਾ ਪਾਕਿਸਤਾਨ 'ਚ ਆ ਗਿਆ ਇਹ ਮੈਂ ਤੁਹਾਨੂੰ ਦੱਸ ਲਾਂ ਇਹ ਜਿਹੜੇ 6 ਜ਼ਿਲ੍ਹੇ ਸੀ ਨਾ ਇਹ ਹੈਗੇ ਆਪਣੇ ਸੀ ਅੰਗਰੇਜ਼ ਸੀ ਅਤੇ ਇਹਨਾਂ ਮੁਸਲਮਾਨਾਂ ਨੇ ਉਹਨੇ ਕਿਹਾ ਮੈਨੂੰ ਰੱਖ ਲਓ ਵਜ਼ੀਰ ਅਤੇ ਮੈਂ ਤੁਹਾਡਾ ਪਾਕਿਸਤਾਨ ਆਗਾ ਬਣਾ ਦਿਆਂਗਾ ਇਹਨਾਂ ਨਾਲ ਨਹੀਂ ਰੱਖਿਆ ਤਾਂ ਉਹਨੇ ਰਲ ਗਿਆ ਹਿੰਦੁਸਤਾਨ ਵਾਲਾ ਨਾਲ ਉਹਨੇ ਰੱਖ ਲਿਆ ਉਹਨੂੰ ਵਜ਼ੀਰ ਅੰਗਰੇਜ਼ ਸੀ ਉਹਨੇ 6-7 ਜ਼ਿਲ੍ਹੇ ਕੱਟ ਕੇ ਨਾ ਅਤੇ ਇੱਧਰ ਲਾ ਤੇ ਹਿੰਦੁਸਤਾਨ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਤੁਹਾਨੂੰ ਦੱਸ ਵੱਡ ਕੇ ਗੱਲਾਂ ਤਾਂ ਕਰਦੇ ਹੋਣਗੇ ਵੀ ਆਹ ਜ਼ਿਲ੍ਹੇ ਜ਼ਿਲ੍ਹੇ ਹਾਂ ਜ਼ਿਲ੍ਹਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਫਿਰੋਜ਼ਪੁਰ ਜਲੰਧਰ ਗੁਰਦਾਸਪੁਰ ਅੰਬਾਲਾ ਤਾਂ ਦੋ ਕੁ ਜ਼ਿਲ੍ਹਿਆਂ ਦਾ ਮੈਨੂੰ ਨਾਂ ਭੁੱਲਿਆ ਖੜਾ ਇਹ ਤਰ੍ਹਾਂ 6 ਜ਼ਿਲ੍ਹੇ ਬਣਦੇ ਆ ਅੰਮ੍ਰਿਤਸਰ ਵੀ ਅੰਮ੍ਰਿਤਸਰ ਵੀ ਵਿੱਚ ਆ ਗਿਆ ਅੰਮ੍ਰਿਤਸਰ ਇਹ ਜ਼ਿਲ੍ਹੇ ਆਪਣੇ ਪਾਕਿਸਤਾਨ ਦੇ ਸੀ ਇਹ ਉਸ ਅੰਗਰੇਜ਼ ਨੇ ਜਿਹੜਾ ਨਾਂ ਰੱਖਣ 'ਚ ਦੇ ਕੇ ਤੇ ਉਹਨਾਂ ਵਜ਼ੀਰ ਰੱਖ ਲਿਆ ਇਹਨਾਂ ਜ਼ਿਲ੍ਹੇ ਕੱਟ ਕੇ ਉਹ ਮਾਰੇ ਨਹੀਂ ਤਾਂ ਹੱਦ ਆਪਣੀ ਉਰਾਉਣੀ ਸੀ ਅਗਾਂਹ ਜਾਣੀ ਸੀ ਹੱਦ ਆਪਣੀ ਬਣ ਗਈ ਆ ਫਿਰੋਜ਼ਪੁਰੀ ਹੱਦ ਅਤੇ ਨਾਲ ਨਾਲ ਗਏ ਅੱਛਾ ਫਿਰ ਉਸ ਬੰਦੇ ਨੇ ਆਖਿਆ ਬਈ ਆਪਣੇ ਨਹੀਂ ਰਹੇ ਹੋਣਾ ਅਤੇ ਆਪਣੇ 'ਤੇ ਤਾਂ ਹਮਲੇ ਹੁੰਦੇ ਪਏ ਨੇ ਅਤੇ ਇੱਥੋਂ ਉੱਠੀਏ ਉਸ ਬੰਦੇ ਨੇ ਜਿਹੜਾ ਫੱਟੜ ਹੋ ਕੇ ਤੁਹਾਡੇ ਪਿੰਡ ਆਇਆ ਸੀ ਉਹਨੇ ਆਖਿਆ ਵੀ ਹੁਣ ਇੱਥੋਂ ਉੱਠਣਾ ਪੈਣਾ ਉਹਨੇ ਕਿਹਾ ਉਹਨੇ ਆਖਿਆ ਗੱਲ ਸਿੱਖਾਂ ਨੇ ਮੈਂ ਮਾਰਿਆ ਸਿੱਖਾਂ ਨੇ ਮੈਨੂੰ ਮਾਰਿਆ ਕਿ ਆਪਾਂ ਰਹਿ ਨਹੀਂ ਸਕਦੇ ਇੱਥੇ ਅਤੇ ਮੈਂ ਉਦੋਂ ਬਾਅਦ ਫਿਰ ਦੁਨੀਆਂ ਨੂੰ ਆਮ ਪਤਾ ਲੱਗ ਗਿਆ ਵੀ ਪਾਕਿਸਤਾਨ ਬਣ ਗਿਆ ਅੱਗੇ
ਇਹ ਰਹਿ ਗਿਆ ਹਿੰਦੁਸਤਾਨ ਅਤੇ ਜਾਣਾ ਪਏਗਾ ਮੁਸਲਮਾਨ ਉੱਧਰ ਅਤੇ ਹਿੰਦੂ ਇੱਧਰ ਆ ਜਾਣੇ ਨੇ। ਠੀਕ ਹੈ, ਇਹ ਭਾਰਤ ਲਈ ਤਾਂ ਬੰਨ ਲਿਆ। ਵੇਲੇ ਅਸੀਂ ਜਦ ਪਿੰਡੋਂ ਨਿਕਲੇ ਹਾਂ ਨਾ, ਅਜੇ ਮੀਲ ਪੰਜ ਹੀ ਕੀਤਾ, 2 ਮੀਲ ਕਰ ਲਿਆ ਹੋਵੇਗਾ ਚੱਕ ਆਪਦੇ 'ਚੋਂ, ਅਤੇ ਅੱਗੇ ਫੌਜ ਆ ਗਈ। ਅੱਛਾ, ਵੀ ਲੋਕ ਸਾਰੇ ਡਰ ਗਏ ਲੈ ਵੀ ਇਹਨਾਂ ਹੁਣ ਮਾਰ ਦੇਣਾ, ਪਰ ਉਹ ਜਿਹੜੀ ਫੌਜ ਆਪਣੀ ਸੀ। ਅੱਛਾ, ਉਹਨਾਂ ਭਾਈ ਸਾਨੂੰ ਨਾ ਤੋੜੋ ਤੋੜ 2-2 ਪਿੰਡਿਆਂ ਦੇ ਨਾ ਸਪਾਹੀ ਲੱਗ ਗਿਆ, ਲਾਈਨ ਬੜੀ ਤਗੜੀ, 2-3 ਪਿੰਡਿਆਂ ਦੀ ਜਥਾ ਸੀ ਉਹ। ਅੱਛਾ, ਤਾਂ 2 ਪਾਸੇ ਸਾਈਡਾਂ ਦੇ ਬੰਦੇ ਲੱਗ ਗਏ ਉਹ ਜਿਹੜੇ ਆਏ ਨਾ ਫਿਰੋਜ਼ਪੁਰ, ਤਾਂ ਉੱਥੇ ਇੱਕ ਗੱਡੇ ਦਾ ਪਹੀਆ ਟੁੱਟ ਗਿਆ। ਅੱਛਾ, ਗੱਡੇ ਦਾ ਪਹੀਆ ਟੁੱਟ ਗਿਆ, ਤਾਂ ਹੁਣ ਦੂਜੇ ਤਾਂ ਗਾਂਹ ਲੰਘੇ ਜਾਣ, ਉੱਥੇ ਹੁਣ ਖੋ ਗਏ ਉਹਨਾਂ ਨੇ, ਕੀ ਕਰਿਓ ਫੌਜੀ 2 ਖੋ ਗਏ ਉੱਥੇ। ਉਹਨਾਂ ਕਹਿੰਦੇ ਤੁਸੀਂ ਐਂ ਕਰੋ, ਇੱਕ ਜਣਾ ਮੇਰੇ ਨਾਲ ਚੜੋ, ਫੌਜੀ ਨੇ ਕਿਹਾ, ਤਾਂ ਆਪਾਂ ਕਿਸੇ ਦਾ ਗੱਡਾ ਖੜਾ ਤਾਂ ਪਹੀਆ ਲਿਆਉਂਦੇ ਹਾਂ ਕੱਢ ਕੇ। ਉਹ ਵੀ ਫੌਜੀ ਇੱਕ ਨਾਲ ਗਿਆ, ਤਾਂ ਪਹੀਆ ਪਤਾ ਮਹਾਤਮਾ ਦੀ ਵੱਸੋਂ ਸੀ, ਉੱਥੇ ਗੱਡਾ ਖੜਾ ਹੁੰਦਾ ਜੋ ਪਹੀਆ ਕੱਢ ਕੇ ਲਿਆਏ, ਉਹ ਪਹੀਆ ਪਾਇਆ ਵਿੱਚ, ਠੀਕ ਹੈ, ਅਤੇ ਫਿਰ ਉਹ ਗੱਡਾ ਟੋੜਿਆ। ਉੱਥੇ ਜਿੱਥੇ ਗੱਡਾ ਟੁੱਟ ਗਿਆ ਸੀ ਨਾ ਪਹੀਆ, ਸਿੱਖ ਬਾਅਦ ਇਕੱਠੇ ਹੋ ਗਏ, ਅਤੇ ਫੌਜੀ ਨੇ ਮਾਰਿਆ ਦੜਕਾ, ਉਹਨੇ ਖਬਰਦਾਰ ਉੱਥੇ ਖੜੇ ਰਹੋ। ਠੀਕ ਹੈ, ਤਾਂ ਉਹ ਅੱਲਾ ਕੀਤਾ ਪਹੀਆ ਆ ਗਿਆ, ਗੱਡਾ ਲੱਗ ਗਿਆ। ਮੇਰੇ ਜਿਹੜੇ ਅਸੀਂ ਹਾਇਰ ਦੇ ਜ਼ਿਲ੍ਹੇ ਆਏ ਨਾ, ਉੱਥੇ ਛਮੀਆਂ ਖੁਆਰੀਆਂ ਸਭ ਖੋਹੀ ਜਾਂਦੇ ਸੀ, ਐਡਾ ਢੇਰ ਲੱਗਾ ਪਿਆ, ਅਤੇ ਅਸੀਂ ਮੈਂ ਸਾਂ ਇੱਕ ਸਾਈਡ ਨਾਲ ਬੁੜਾ ਜਾਂਦਾ ਅਤੇ ਦੂਜੇ ਦਾ ਲੰਘ ਹੈ ਮੇਰੇ, ਸਾਡੇ ਕੋਲ ਨਿੱਕੇ ਨਿੱਕੇ ਫਲ ਅਤੇ ਕੋਈ ਟੁੱਟੀ ਭੱਜੀ ਮੱਝ ਜਿਹੜੀ ਅਸੀਂ ਅੱਖੀ ਲਈਏ, ਅਸੀਂ ਛੇਕ ਲੈਂਦੇ ਉਹ ਉੱਥੇ ਜਿਹੜੇ ਲੱਗੇ ਨਾ, ਐਡੇ ਐਡੇ ਢੇਰ ਲੱਗੇ ਵਾ ਉਹਲੇ ਪਾ ਪਹਿਲੇ ਪਾਸੇ ਛਮੀਆਂ ਕੁਆਰੀਆਂ ਡਾਂਗਾਂ, ਅਤੇ ਮੈਂ ਇੱਕ ਚੁੱਕਣ ਲੱਗਾ। ਉਹ ਮੈਨੂੰ ਕਹਿੰਦਾ, ਉਹ ਬੁੱਢਾ ਮੇਰੇ ਨਾਲ ਸੀ ਇੱਕ, ਉਹ ਕਹਿੰਦਾ ਨਾ ਫਸ ਲੈਣ ਦੇ ਪੁਲਿਸ ਵਾਲੇ, ਮੈਂ ਉੱਥੇ ਹੀ ਰੱਖ ਦਿੱਤੀ। ਅੱਛਾ, ਹਾਂ ਇਹ ਮੈਨੂੰ ਹਾਲੇ ਯਾਦ ਹੈ, ਜਿਸ ਵੇਲੇ ਆ ਲੰਘ ਹੈ ਉਸ ਵੇਲੇ ਤਾਂ ਫਿਰ ਅਜ਼ਾਨਾਂ ਆਵਾਂ ਲੱਗ ਪਈਆਂ, ਕਰਨੇ ਪੜ੍ਹਨ ਲੱਗ ਗਏ ਲੋਕ, ਆ ਲੰਘੇ ਨਾ ਇਹ ਫਿਰੋਜ਼ਪੁਰਾ ਵਾਲਾ ਜਿਹੜਾ ਹੈਗਾ ਨਾ, ਇਹਦੇ ਵਿੱਚ ਆਪਣਾ ਇੱਕ ਡਰ ਹੀ ਹੈ ਪਾਕਿਸਤਾਨ ਦਾ। ਉਹਨਾਂ ਤੁਸੀਂ ਕਸੂਰ ਵਾਲੇ ਪਾਸੇ ਲੰਘ ਗਿਆ? ਹਾਂ, ਉਹ ਦਰ ਨਹੀਂ, ਉਹਦਾ ਸਾਰੇ ਜੇ ਲੰਘਿਆ ਨਾ, ਹੁਣ ਮੈਂ ਗੱਲ ਕਰਨਾ ਆਪਣੀ ਹੱਦ ਇੱਕੋ, ਆਪਣੀ ਹੱਦ 'ਚ ਇੱਕੋ ਡਰ ਆਇਆ। ਅੱਛਾ ਬਾਬਾ ਜੀ, ਮੱਝਾਂ ਮੁੱਝਾਂ ਕੋਈ ਲਿਆਉਣ 'ਚ ਕਾਮਯਾਬ ਹੋ ਗਏ ਸੀ ਤੁਸੀਂ? ਮੱਝਾਂ, ਹਾਂ ਮੱਝਾਂ ਕੱਟੀਆਂ ਕੋਈ? ਮੱਝਾਂ ਮੈਂ ਅਸੀਂ ਲਿਆ ਰਿਹਾ ਸਾਂ। ਅੱਛਾ, ਹਾਂ ਮੱਝਾਂ ਇੱਕ ਰਹਿ ਗਈ ਸੀ, ਮੇਰੀ ਮੱਝ ਇੱਕ ਰਹਿ ਗਈ ਸੀ ਹਿੰਦੁਸਤਾਨ 'ਚ, ਹਾਂ ਉਹ ਮੱਝ ਰਹਿ ਗਈ ਇਸ ਤਰ੍ਹਾਂ ਵੀ ਉਹ ਮੱਝ ਦਰਿਆ 'ਚ ਆਈ ਨਾ ਜਿਸਲੇ, ਠੀਕ ਹੈ, ਉਹ ਪਿੱਛੇ ਹਟ ਗਈ, ਤਾਂ ਮੋਤ ਪਿੱਛੇ ਜਾਣ ਦੀ ਤਾਂ ਜੁੜਦੀ ਨਹੀਂ ਸੀ ਨਾ, ਹੁਣ ਪਿੱਛੇ ਜਾ ਕੇ ਇਹਨੂੰ ਵੱਜਦੀ, ਉਹ ਪਿੱਛਾ ਭੱਜ ਗਈ, ਪਿੱਛਾ ਭੱਜ ਗਈ, ਹਾਂ ਫਿਰ ਨਹੀਂ ਕਾਬੂ ਆਈ। ਹਾਂ 2 ਮੈਂ ਲਿਆ, 2 ਲੈ ਆਈਆਂ। ਚਲੋ ਇੱਥੇ ਆ ਕੇ ਜਿੱਥੇ ਫਿਲਹਾਲ ਤੁਹਾਡਾ ਘਰ ਕੋਈ ਨਹੀਂ ਸੀ, ਉਹਦਾ ਦੁੱਧ ਸ਼ੁੱਧ ਕੁਝ ਦਿਨ ਪੀਤਾ ਹੋਣਾ ਉਹਨਾਂ ਦਾ? ਇੱਕ ਤਾਂ ਜਾਂਦੀ ਸੀ ਨਾ, ਲਿਆਰੀ ਸੀ, ਦੁੱਧ ਤਾਂ ਫਿਰ ਲੱਭ ਹੀ ਗਿਆ ਸੀ, ਲੱਭਦਾ ਹੀ ਗਿਆ, ਹੁਣ ਵੀ ਅੱਲਾ ਦੀ ਖੈਰ ਹੈ 4 ਮਿਲ ਜਾਂਦੇ ਨੇ। ਵਾਹ ਜੀ ਵਾਹ। ਅਤੇ ਬਾਬਾ ਜੀ ਇਹ ਦੱਸੋ, ਤੁਹਾਡੇ ਪਿੰਡ ਦੇ ਲੋਕਾਂ ਦਾ ਕੁਰਾਹ 'ਚ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਨੁਕਸਾਨ ਨਹੀਂ ਹੋਇਆ, ਅਮਨ ਮਾਨ ਆ ਗਏ, ਅਮਨ ਮਾਨ ਸਾਡਾ ਲੋਕ ਜਿਹੜੇ ਸੀ ਨਾ ਅਮਨ ਮਾਨ ਆਏ ਨੇ, ਨੁਕਸਾਨ ਕੋਈ ਨਹੀਂ ਹੋਇਆ। ਤੁਹਾਨੂੰ ਨਿਕਲਦਿਆਂ ਨੂੰ ਫੌਜ ਮਿਲ ਗਈ? ਸਾਨੂੰ ਮਿਲ ਗਈ ਨਾ ਫੌਜ, ਇਸ ਵਾਸਤੇ ਆਸਰੇ 'ਚ ਆਏ ਸਾਂ, ਪਹਿਲੇ ਤਾਂ ਡਰ ਗਏ ਲੋਕ ਲੈ ਬਈ ਫੌਜ ਆ ਗਈ ਮਾਰ ਦੇਣਗੇ, ਠੀਕ ਹੈ, ਉਹਨਾਂ ਆਖਿਆ ਕੋਈ ਡਰ ਨਾ ਕਰੋ, ਅਸੀਂ ਤੁਹਾਡੇ ਹਿਫਾਜ਼ਤ ਵਾਸਤੇ ਆਏ ਹਾਂ। ਬਲੋਚ ਰੈਜੀਮੈਂਟ ਦੇ ਲੋਕ ਹੋਣਗੇ? ਹਾਂ, ਉਹ ਫੌਜੀਆਂ ਨੇ ਕਿਹਾ ਅਸੀਂ ਤੁਹਾਡੀ ਹਿਫਾਜ਼ਤ ਵਾਸਤੇ ਆਏ ਹਾਂ, ਠੀਕ ਹੈ, ਪਰ ਉਹਨਾਂ ਹਾਲ ਜਦੋਂ ਲੰਘੇ ਨਾ ਉਦੋਂ ਪਿਛਾ ਹਟ ਕੇ ਗਏ ਨੇ। ਅੱਛਾ 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 ਅੱਛਾ, ਉਹਨਾਂ ਫੌਜੀਆਂ ਬੜੀ ਮਦਦ ਕੀਤੀ ਸੀ, ਠੀਕ ਹੈ ਠੀਕ ਹੈ। ਮੁਸਲਮਾਨ ਫੌਜ ਸੀ ਉਹ? ਮੁਸਲਮਾਨ ਹੀ ਜੋ ਹੋਰ। ਅੱਛਾ ਬਾਬਾ ਜੀ, ਕਦੇ ਆਪਣਾ ਪਿੰਡ ਹੁਣ ਯਾਦ ਆਇਆ ਤੁਹਾਨੂੰ? ਮੈਨੂੰ ਇੱਥੇ ਬੈਠੇ ਦਿਸੀ ਜਾਂਦੇ ਸਾਰੇ, ਨਹਿਰ ਵੀ ਦਿਸਦੀ ਜਿੱਥੇ ਮੱਝਾਂ ਚਰਾਉਂਦੇ ਸਾਂ, ਬੇਲਦਾਰਾਂ ਦਾ ਲੋਕ ਕੇ ਬੂਟਿਆਂ 'ਚ ਵਾਰੀ ਜਾਂਦਾ ਸੀ। ਤੁਹਾਨੂੰ ਬੇਲਦਾਰ ਨਹੀਂ ਭੁੱਲੇ ਹੈ? ਹੈਂ, ਬੇਲਦਾਰ ਅੱਜ ਤੱਕ ਨਹੀਂ ਭੁੱਲੇ ਤੁਹਾਨੂੰ? ਮੇਲਦਾਰ ਖੜਾ ਰਿਹਾ ਅੱਧਾ ਕੋ ਘੰਟਾ ਉੱਥੇ, ਅਸੀਂ ਤਾਂ ਬੂਟਿਆਂ 'ਚ ਵੜ ਗਿਆ ਸਾਂ, ਨਹਿਰ ਤੋਂ ਪਾਰ ਉਹ ਲੰਘ ਨਹੀਂ ਸਕਦਾ ਸੀ, ਥੱਲਿਓ ਅਸੀਂ ਵੇਖ ਲਈਏ ਕਰੀਏ, ਮੀਂਹ ਉਹ ਗਿਆ ਹੁਣ ਫਿਰ ਅਸੀਂ ਬਾਹਰ ਨਿਕਲੇ ਜੀ ਕਰੀਏ। ਅੱਛਾ ਅੱਛਾ ਅੱਛਾ, ਇਹ ਦੱਸੋ ਕਦੇ ਵੀਜ਼ਾ ਵੂਜ਼ਾ ਖੁੱਲ੍ਹ ਗਿਆ ਤਾਂ ਜਾਓਗੇ ਆਪਣਾ ਪਿੰਡ ਵੇਖਣ? ਹਿੰਦੁਸਤਾਨ ਦਾ ਮੈਂ ਪਰ ਵੇਖ ਕੇ ਲੰਘ ਕੇ ਆਇਆ। ਕਦੋਂ? ਮੈਂ ਹੋ ਗਿਆ ਨਾ, ਮੈਨੂੰ 2 ਸਾਲ ਹੋ ਗਏ। ਕਿੱਥੇ ਲੰਘ ਕੇ ਵੇਖ ਕੇ ਆਏ ਹੋ?
ਮੇਰਾ ਬਾਰਡਰ ਮੇਰੇ ਕੋਲ ਹੈਗਾ ਲੰਘਣ, ਪਰ ਹੁਣ ਉੱਥੋਂ ਨਹੀਂ ਲੰਘਿਆ ਜਾਂਦਾ। ਹੁਣ ਤਾਂ ਪਰ ਆ ਪੁਲਿਸ ਦਾ ਅਤੇ ਫੌਜੀਆਂ ਦਾ ਉਸ ਪੁਲ 'ਤੇ। ਨਹੀਂ ਤਾਂ ਤੁਸੀਂ ਕਿਵੇਂ ਲੰਘ ਗਏ ਸੀ? ਮੈਂ ਤੈਨੂੰ ਦੱਸ ਲਾ ਨਾ ਮੈਂ ਕਿਵੇਂ ਲੰਘ ਗਿਆ। ਕਸੂਰ 'ਚੋਂ ਅੱਗੇ ਨਾ ਬੇਦੀਆਂ ਦਾ ਬੇਦੀਆਂ ਚੱਕ, ਹਾਂਜੀ ਹੈਗਾ ਚੱਕ ਬੇਦੀ, ਠੀਕ ਹੈ। ਉੱਥੋਂ ਅੱਗੇ ਲੰਘ ਕੇ ਨਾ ਨਹਿਰ ਸੀ, ਨਹਿਰ ਲੰਘ ਕੇ ਅਤੇ ਆਪਣੇ 25 ਮਰੱਬੇ ਪਾਕਿਸਤਾਨ ਦੇ ਆ। ਅੱਛਾ, 25 ਮਰੱਬੇ ਉਹ ਪਾਣੀ ਅੱਗੇ ਦਾ ਖੁੱਲ੍ਹਾ ਹੀ ਕੰਮ ਹੁੰਦਾ ਸੀ, ਬੱਤੀ ਲਿਆਉਣੀ, ਪਾਣੀ ਲਾਉਣ ਵਾਲੇ ਨੇ ਲਾ ਕੇ ਆ ਜਾਣਾ, ਵਾਹੁਣਾ ਗੱਡਣਾ ਤਾਂ ਹਫਾਜ਼ਤ ਨਾਲ ਜਾਣਾ। ਅਤੇ ਹੁਣ ਉਹਨਾਂ 'ਤੇ ਉਸ ਪੁਲ 'ਤੇ ਇੰਨੀ ਪਾਬੰਦੀ ਹੈ ਵੀ ਗੱਲ ਫੌਜ ਬੈਠੀ, ਸਿਰਫ ਪਾਣੀ ਵਾਲੇ ਬੰਦੇ ਲੰਘਣ ਦੇਣਗੇ ਜਿਹਨੇ ਜਾ ਕੇ ਪਾਣੀ ਲਾਉਣਾ, ਉਹ ਕਬਜ਼ਾ ਜੇ ਆਪਣਾ ਹੀ ਹੈ ਤਾਂ ਉਹ ਦੂਸਰਾ ਬੰਦਾ ਨਹੀਂ ਲੰਘ ਸਕਦਾ। ਠੀਕ ਹੈ, ਠੀਕ। ਅੱਗੇ ਮੈਂ ਵੀ ਲੰਘ ਗਿਆ 2 ਵਾਰੀ ਮੋਗਾ, ਜਦੋਂ ਲੱਗਦਾ ਸੀ ਉਹਨਾਂ ਮਰੱਬਿਆਂ ਦਾ ਮੈਂ ਜਾ ਕੇ ਮੋਗਾ ਖੁਦ ਵੇਖਿਆ। ਠੀਕ ਹੈ, ਚਲੋ ਬਾਬਾ ਜੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਚਲੋ ਜੀ ਠੀਕ ਆ, ਜਿਉਂਦੇ ਵਾਸਤੇ ਰਹੋ। ਬੜਾ ਤੁਹਾਡੀ ਗੱਲਾਂ ਸੁਣ ਕੇ ਸਾਨੂੰ ਬੜੀਆਂ ਨਵੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਿਆ। ਚਲੋ ਸ਼ੁਕਰ ਹੈ ਜੀ।